ਭਾਰੀ ਬਰਸਾਤ ਦੇ ਕਾਰਨ ਮਕਾਨ ਦੀ ਛੱਤ ਡਿੱਗਣ ਕਰਕੇ ਇੱਕ 65 ਸਾਲ ਦੇ ਬਜ਼ੁਰਗ ਵਿਅਕਤੀ ਦੀ ਜਾਨ ਚਲੀ ਗਈ ਹੈ। ਦੱਸ ਦਈਏ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਸ ਸਮੇਂ ਇਹ ਬਜ਼ੁਰਗ ਵਿਅਕਤੀ ਘਰ ਦੇ ਵਿੱਚ ਇਕੱਲਾ ਹੀ ਦੱਸਿਆ ਜਾ ਰਿਹਾ ਤੇ ਸਾਰਾ ਹੀ ਪਰਿਵਾਰ ਜੋ ਹੈ ਉਹ ਬਾਹਰ ਗਿਆ ਹੋਇਆ ਦੱਸਿਆ ਜਾ ਰਿਹਾ। ਤਾਂ ਦੱਸ ਦਈਏ ਕਿ ਰੋਪੜ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਛੱਤ ਡਿੱਗਣ ਦੇ ਕਾਰਨ ਇੱਕ 65 ਸਾਲ ਦੇ ਬਜ਼ੁਰਗ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ ਹੈ। ਹਾਲਾਂਕਿ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਜਦੋਂ ਛੱਤ ਡਿੱਗੀ ਤਾਂ ਆਲੇ ਦੁਆਲੇ ਤੱਕ ਇਸ ਦੀ ਆਵਾਜ਼ ਸੁਣੀ ਜਾਂਦੀ ਹੈ। ਜੋ ਗੁਆਂਢੀ ਨੇ ਉਹ ਤੁਰੰਤ ਮੌਕੇ ਦੇ ਉੱਤੇ ਪਹੁੰਚਦੇ ਨੇ ਤਾਂ ਦੇਖਦੇ ਨੇ ਮਕਾਨ ਦੀ ਛੱਤ ਢਹਿ ਢੇਰੀ ਹੋ ਜਾਂਦੀ ਹੈ, ਜਿਸ ਤੋਂ ਬਾਅਦ ਕੜੀ ਮੁਸ਼ਕਤ ਕੀਤੀ ਜਾਂਦੀ ਹੈ ਅਤੇ ਜੋ ਬਜ਼ੁਰਗ ਵਿਅਕਤੀ ਹੈ ਉਸ ਨੂੰ ਬਾਹਰ ਕੱਢਣ ਦੀਆਂ ਤਮਾਮ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ। ਕਈ ਵਿਅਕਤੀਆਂ ਦੇ ਵੱਲੋਂ ਜੋ ਮਲਬਾ ਹੈ ਉਹ ਹਟਾ ਕੇ ਜਦੋਂ ਬਜ਼ੁਰਗ ਵਿਅਕਤੀ ਨੂੰ ਬਾਹਰ ਕੱਢਿਆ ਜਾਂਦਾ ਹੈ, ਇਲਾਜ ਦੇ ਲਈ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਹੈ ਤਾਂ ਉਦੋਂ ਤੱਕ ਉਸਦੀ ਮੌਤ ਹੋ ਗਈ ਸੀ। ਤਾਂ ਰੋਪੜ ਦੇ ਭੇਲਾਂ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ 65 ਸਾਲ ਦੇ ਬਜ਼ੁਰਗ ਵਿਅਕਤੀ ਦੀ ਮਕਾਨ ਦੀ ਛੱਤ ਡਿੱਗਣ ਦੇ ਕਾਰਨ ਮੌਤ ਹੋ ਗਈ ਹੈ। ਵਰਦਾ ਤਾਂ ਗਾਡਰ ਉੱਪਰ ਤੇ ਵਜਨ ਪਾਣੀ ਖੜ ਗਿਆ, ਪਾਣੀ ਕਰਕੇ ਥੱਲੇ ਲੱਪ ਗਿਆ, ਉਹ ਮੂਚਣੇ ਕਰਕੇ ਉਹ ਵਜਨ ਪਿਆ ਥੱਲੇ ਨੂੰ ਅੰਦਰ ਨੂੰ ਗਿਰ ਗਿਆ। ਇੱਕ ਗਾਡਰ ਦਾ ਥੱਲੇ ਦਾ ਬੜੀ ਕਰ ਦੇਣਾ, ਇੱਕ ਮੂੰਹ ਭੱਜ ਗਿਆ ਇੱਥੇ ਵੱਢ ਹੋ ਗਿਆ। ਜਿਹੜੇ ਪਏ ਸੀਗੇ ਉਹਨਾਂ ਦਾ ਕੀ ਨਾਮ, ਕਿੰਨੀ ਕੁ ਉਮਰ? ਹਜ਼ਾਰਾ ਸਿੰਘ। ਕਿੰਨੀ ਕੁ ਉਮਰ ਦੇ? ਹੋ ਗਈ 50 ਦੇ ਗੇੜ ਹੈਗਾ। ਇਕੱਲੇ ਉਹੀ ਪਏ ਸੀਗੇ? ਹੋਰ ਉਹੀ ਤੱਕ, ਬਾਕੀ ਇੱਥੇ ਮੈਸਾਂ ਦੀਆਂ, ਇੱਕ ਕਟੂਰੇ ਦਾ ਬੋਇਆ ਤਾਂ ਇੱਕ ਮੈਸ ਉੱਥੇ ਖੜੀ ਸੀ ਸਾਈਡ ਤੇ। ਅਸੀਂ ਜਦ ਮੈਂ ਇੱਥੇ ਤੇ ਗਿਆ, ਮੈਂ ਡਿਊਟੀ ਚੱਲ ਗਿਆ ਤਾ ਜੀ ਥੀਮ ਪਾਰਕ ਚਮਕੌਰ ਸਾਹਿਬ ਜੀ, ਤੇ ਜਦ ਵੀ ਮੈਨੂੰ ਫੋਨ ਆਇਆ ਬਾਅਦ ਵਿੱਚ ਕਹਿੰਦੇ ਛੱਤ ਗਿਰ ਗਈ ਜੀ, ਕੋਠੇ ਦੀ ਛੱਤ ਦੇ ਥੱਲੇ ਦੱਬਿਆ ਪਿਆ ਦਿਖਿਆ ਜੀ ਸਾਨੂੰ, ਤਾਂ ਉੱਥੇ ਉਹਦੇ ਸਿਰ ਪਰ ਸੱਟ ਵੱਜੀ ਜੀ, ਬਹੁਤ ਬੁਰਾ ਹਾਲ ਹੋਇਆ ਜੀ। ਮਰ ਜਦ ਡੈਥ ਹੋ ਗਈ, ਥੋੜੀ ਡੈਥ ਹੋ ਗਈ ਸੀ ਜੀ, ਇਹਨੂੰ ਲੈ ਕੇ ਗਏ ਹਸਪਤਾਲ ਨੂੰ ਜੀ ਰੋਪੜ ਜੀ। ਕਿੰਨੇ ਕੁ ਵਜੇ ਦੀ ਘਟਨਾ? ਇਹ 8:30 ਵਜੇ ਦੀ ਗੱਲ ਹੈ ਜੀ। ਛੱਤ ਗਿਰਨ ਦਾ ਕੀ ਕਾਰਨ ਹੋਇਆ? ਛੱਤ ਗਿਰਨ ਦਾ ਕੋਈ ਕਾਰਨ ਨਹੀਂ, ਛੱਤ ਤਾਂ ਬਿਲਕੁਲ ਸਹੀ ਸੀ ਜੀ। ਆ ਮੀਂਹ ਕਿਣੀ 'ਚ, ਜਿਹੜੇ ਮੀਂਹ ਕਿਣੀ ਦੇ ਪਾਣੀ ਪੂਣੀ ਦੇ ਕੈਟਿੰਗ 'ਚ ਗਿਰ ਗਈ ਜੀ, ਮੀਂਹ ਪਈ ਗਿਆ ਸਾਰੀ ਰਾਤ ਦਾ ਜੀ, ਉਹਦੇ ਕਰਕੇ ਗਿਰ ਗਈ ਜੀ। ਬਾਕੀ ਛੱਤ ਦਾ ਬਿਲਕੁਲ ਕੋਈ ਬਾਲਾ ਨਹੀਂ, ਤਾਂ ਸਾਰਾ ਕੁਛ ਸਭ ਕੁਛ ਠੀਕ ਸੀਗਾ, ਗਾਰਡਰ ਸੀਗਾ ਥੱਲੇ। 8:25 ਦੀ ਘਟਨਾ ਹੈ ਅਤੇ ਇੱਕੋਦਮ ਜਦ ਗਿਰੇ ਨਾ, ਅਤੇ ਅਸੀਂ ਇੱਥੇ ਦੇ ਨਾਲੇ ਸਾਡਾ ਘਰ ਆਏ ਅਸੀਂ, ਅਤੇ ਜਦ ਦੇਖਿਆ ਮੈਂ ਇੱਧਰ ਖੜ੍ਹੀ ਸੀ, ਕੱਟੀ ਇੱਧਰ, ਅਤੇ ਫਿਰ ਉਹਨਾਂ ਨੂੰ ਬੁਲਾਇਆ ਗਿਆ, ਜਿਹੜੇ ਹਜ਼ਾਰਾ ਸਿੰਘ ਦੇ ਸਪੁੱਤਰ ਆ ਉਹਨਾਂ ਨੂੰ ਬੁਲਾ ਕੇ, ਫਿਰ ਬੁਲਾਇਆ ਤਾਂ ਉਹਨਾਂ ਨੇ ਦੱਸਿਆ ਵੀ ਡੈਡੀ ਵੀ ਇੱਥੇ ਨੀਚੇ ਆ, ਅਤੇ ਤਾਂ 8:25 ਦੇ ਜਾਂ ਗਿਰ ਗਿਆ, ਤਾਂ ਫਿਰ ਉਹਨਾਂ ਨੂੰ ਬੁਲਾ ਕੇ ਤਾਂ ਫਿਰ ਇੱਥੇ ਉਹ ਗਾਰਡਰ ਉੱਥੇ ਪਏ ਸੀਗੇ, ਅਤੇ ਤਾਂ ਉਹਨਾਂ ਨੂੰ ਫਿਰ ਜਦੋਂ ਜਾਇਦ ਕਰਕੇ ਕੱਢਿਆ ਗਿਆ, ਤਾਂ ਮੇਰੇ ਤੱਕ ਤਾਂ ਇੱਥੇ ਹੀ ਹੋ ਗਏ ਸੀ। ਕੀ ਹਾਲਾਤ ਆ ਉਹਨਾਂ ਦੇ, ਕਿੱਦਾਂ? ਇੰਨੇ ਹੈ ਨਹੀਂ, ਜਦ ਬਸ ਮੀਡੀਅਮ ਕਲਾਸ ਜਿਹੜੇ ਗਰੀਬੀ ਦਾ ਭਾਈ ਆ, ਬਸ ਉੱਪਰ ਦੇ ਗਾਰਡਰ ਵੱਜਿਆ ਪੈ, ਗਰੀਬੀ ਦਾ ਭਾਈ ਆ ਬਸ। ਠੀਕ, ਹਾਂਜੀ। ਵਰਦਾ ਤਾਂ ਗਾਡਰ ਉੱਪਰ ਤੇ ਵਜਨ ਪਾਣੀ ਖੜ ਗਿਆ, ਪਾਣੀ ਕਰਕੇ ਥੱਲੇ ਲੱਪ ਗਿਆ, ਉਹ ਮੂਚਣੇ ਕਰਕੇ ਉਹ ਵਜਨ ਪਿਆ ਥੱਲੇ ਨੂੰ ਅੰਦਰ ਨੂੰ ਗਿਰ ਗਿਆ। ਇੱਕ ਗਾਡਰ ਦਾ ਥੱਲੇ ਦਾ ਬੜੀ ਕਰ ਦੇਣਾ, ਇੱਕ ਮੂੰਹ ਭੱਜ ਗਿਆ ਇੱਥੇ ਵੱਢ ਹੋ ਗਿਆ। ਜਿਹੜੇ ਪਏ ਸੀਗੇ ਉਹਨਾਂ ਦਾ ਕੀ ਨਾਮ, ਕਿੰਨੀ ਕੁ ਉਮਰ ਸੀਗੀ? ਕਿੰਨੀ ਕੁ ਉਮਰ ਦੀ ਹੋ ਗਈ? 50 ਦੇ ਗੇੜ ਹੈਗਾ। ਇਕੱਲੇ ਉਹੀ ਪਏ ਸੀਗੇ? ਹੋਰ ਉਹੀ ਤੱਕ, ਬਾਕੀ ਇੱਥੇ ਮੈਸਾਂ ਦੀਆਂ, ਇੱਕ ਕਟੂਰੇ ਦਾ ਬੋਇਆ ਤਾਂ ਇੱਕ ਮੈਸ ਉੱਥੇ ਖੜੀ ਸੀ ਸਾਈਡ ਦੀ। ਅੱਛਾ, ਇਹ ਕਿੰਨੇ ਕੁ ਵਜੇ ਦੀ ਘਟਨਾ? ਕਿੰਨੇ ਕੁ ਵਜੇ? 8:25 ਦੀ। ਹਾਂ, 8:30 ਵਜੇ ਦੀ। ਕਿਹੜਾ ਪਿੰਡ ਹੈ ਜੀ? ਰੋਜ਼ਪੁਰ। ਤੁਹਾਡਾ ਨਾਂ ਕੀ ਹੈ ਬਾਬਾ ਜੀ? ਹਰਬੰਸ ਸਿੰਘ।
ਮੈਂ ਉਹਨਾਂ ਦਾ ਛੋਟਾ ਲੜਕਾ ਉਹਦੇ ਬਾਹਰ ਖੜ੍ਹੇ ਸੀ ਅਤੇ ਗੱਲਬਾਤ ਕਰਦੇ ਸੀ, ਉਹ ਇੱਕਦਮ ਉਹ ਮੁੰਡਾ ਡਿਊਟੀ ਨੂੰ ਚਲ ਗਿਆ ਅਤੇ ਮੈਂ ਉੱਥੋਂ ਬਸ ਸਕਿੰਟਾਂ 'ਚ ਇੱਥੇ ਪਹੁੰਚਿਆ, ਜਾਣੂ ਇਹ ਪੂਰਾ ਇੱਕਦਮ ਹੀ ਥੱਲੇ ਗਿਰ ਗਿਆ ਅਤੇ ਮੈਂ ਘਰ ਗਿਆ ਜਾ ਕੇ, ਮੈਂ ਕਿਹਾ ਵੀ ਉੱਥੇ ਤੁਹਾਡਾ ਮਕਾਨ ਗਿਰ ਗਿਆ, ਮੱਝਾਂ ਮੁੱਝਾਂ ਥੱਲੇ ਨਹੀਂ, ਅਤੇ ਸਾਡੀ ਚਾਚੀ ਕਹਿੰਦੀ ਵੀ ਚਾਚਾ ਵੀ ਤੇਰਾ ਉੱਥੇ ਹੀ ਹੈ। ਚਲੋ ਫਿਰ ਉਰੇ ਆ ਕੇ ਅਸੀਂ ਦੇਖਿਆ ਸਾਰਾ ਫੋਲਿਆ ਫਾਲਿਆ ਤਾਂ ਉੱਥੇ ਉਹਨਾਂ ਦੀ ਪਿੱਠ ਸੀ ਜਿਹੜੀ ਜਿੱਦਾਂ ਪਾਠ ਕਰਦੇ ਸੀ ਉੱਦਾਂ ਹੀ ਇੱਕਦਮ ਮੂਹਰੇ ਨੂੰ ਹੋ ਗਏ। ਅਤੇ ਉੱਥੇ ਜਾ ਕੇ ਗਾਡਰ ਗੁਡਰ ਚੱਕਿਆ ਤਿੰਨ ਚਾਰ ਜਣਿਆਂ ਨੇ, ਤਾਂ ਅਸੀਂ ਫੇਸ ਇੱਕ ਸਾਈਡ ਪੂਰਾ ਉਹਨਾਂ ਦਾ ਪਿਸ ਗਿਆ। ਕਿੰਨੀ ਉਮਰ ਸੀਗੀ ਕਮਾਨ ਵਾਲੇ? ਕੌਣ ਕੌਣ ਕਮਾਨ ਵਾਲੇ? ਤਾਂ ਜੀ ਬਸ ਆਪਣਾ ਆਈ ਆਈ ਹੋਏ ਅਤੇ ਇੱਕ ਮੁੰਡਾ ਤਾਂ ਵਿਚਾਰੇ ਹੈਂਡੀਕੈਪਡ ਆ, ਦੂਜਾ ਕਿਤੇ ਉਹ ਕਰਦਾ ਸਕਿਉਰਿਟੀ ਗਾਰਡ ਲੱਗਿਆ ਰੋਪੜ, ਇੱਕ ਮੁੰਡਾ ਸੀ ਟੀ ਯੂ 'ਚ ਜੀ। ਜ਼ਮੀਨ ਜਾਇਦਾਦ ਆਪਣੇ ਕੋਲ ਠੀਕ ਠੀਕ ਗਏ ਆ, ਇੰਨੀ ਹੋ ਇੰਨੀ ਹੈ, ਬਾਈਕ ਆਈ ਚਲਾਈ ਲਾ ਲਓ, ਉਹੀ ਸਰਕਲ ਚੱਲਦਾ ਸੀ ਬਸ ਘਰ ਦਾ। ਇਹ 25 ਮਿੰਟ ਦੀ ਘਟਨਾ, ਇਹ ਇੱਕੋਦਮ ਜਦ ਗਿਰੇ ਨਾ ਅਤੇ ਅਸੀਂ ਇੱਥੇ ਦੇ ਨਾਲੇ ਸਾਡਾ ਘਰ ਆਏ ਅਸੀਂ, ਅਤੇ ਜਦ ਦੇਖਿਆ ਮੈਂ ਇੱਧਰ ਖੜ੍ਹੀ ਸੀ, ਕੱਟੀ ਇੱਧਰ, ਅਤੇ ਫਿਰ ਉਹਨਾਂ ਨੂੰ ਬੁਲਾਇਆ ਗਿਆ ਜਿਹੜੇ ਹਜ਼ਾਰਾ ਸਿੰਘ ਦੇ ਸਪੁੱਤਰ ਆ, ਉਹਨਾਂ ਨੂੰ ਬੁਲਾ ਕੇ ਫਿਰ ਬੁਲਾਇਆ ਤਾਂ ਉਹਨਾਂ ਨੇ ਦੱਸਿਆ ਵੀ ਡੈਡੀ ਵੀ ਇੱਥੇ ਨੀਚੇ ਆ। ਫਿਰ ਤਾਂ 8:25 ਦੇ ਜਾਣੀ ਗਿਰ ਗਿਆ, ਤਾਂ ਫਿਰ ਉਹਨਾਂ ਨੂੰ ਬੁਲਾ ਕੇ ਤਾਂ ਫਿਰ ਇੱਥੇ ਉਹ ਗਾਰਡਰ ਉੱਥੇ ਪਏ ਸੀਗੇ, ਅਤੇ ਤਾਂ ਉਹਨਾਂ ਨੂੰ ਫਿਰ ਜਦੋਂ ਜਾਇਦ ਕਰਕੇ ਕੱਢਿਆ ਗਿਆ, ਤਾਂ ਮੇਰੇ ਤੱਕ ਤਾਂ ਇੱਥੇ ਹੀ ਹੋ ਗਏ ਤੇ ਜੀ। ਕੀ ਹਾਲਾਤ ਆ ਉਹਨਾਂ ਦੇ, ਕਿੱਦਾਂ? ਇੰਨੇ ਹੈ ਨਹੀਂ ਜ਼ਿਆਦਾ, ਬਸ ਮੀਡੀਅਮ ਕਲਾਸ ਜਿਹੜੇ ਗਰੀਬੀ ਦਾ ਭਾਈ ਆ, ਬਸ ਉੱਪਰ ਦੇ ਗਾਰਡਰ ਵੱਜਿਆ, ਗਰੀਬੀ ਦਾ ਭਾਈ ਆ ਵੈਸੇ।